ਸਕੈਨਿਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਹੈ ਇੱਕ ਹੋਰ ਆਪ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਅਤੇ ਮਾਮਲਾ ਦਰਜ ਹੋਇਆ ਦੱਸਦੇ ਕਿ ਆਪ ਵਿਧਾਇਕ ਅਮੌਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਦਾ ਐਕਸ਼ਨ ਹੋਇਆ ਐਮ ਐਲ ਏ ਅਮੌਲਕ ਸਿੰਘ ਤੇ ਪੁਲਿਸ ਦੇ ਵੱਲੋਂ ਡੀ ਡੀ ਆਰ ਜਿਹੜੀ ਐ ਦਰਜ ਕੀਤੀ ਗਈ ਹੈ ਤਾਂ ਦੱਸਦੇ ਕਿ ਚੰਡੀਗੜ੍ਹ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀ ਡੀ ਆਰ ਜਿਹੜੀ ਐ ਦਰਜ ਕੀਤੀ ਗਈ ਹੈ ਤਾਂ ਵੱਡਾ ਐਕਸ਼ਨ ਜਿਹੜਾ ਆਪ ਵਿਧਾਇਕ ਅਮੌਲਕ ਸਿੰਘ ਤੇ ਹੋਇਆ ਤਾਂ ਚੰਡੀਗੜ੍ਹ ਪੁਲਿਸ ਦੇ ਕੋਲ ਮਾਮਲਾ ਦਰਜ ਕੀਤਾ ਗਿਆ ਦੱਸ ਦिए ਕਿ ਜੇਤੋਤੋ ਆਪ ਦੇ ਵਿਧਾਇਕ ਨੇ ਅਮੌਲਕ ਸਿੰਘ ਜਿਨ੍ਹਾਂ ਤੇ ਐਫ ਆਈ ਆਰ ਦਰਜ ਹੋਇਆ ਚੰਡੀਗੜ੍ਹ ਪੁਲਿਸ ਦੇ ਕੋਲ ਵੱਡਾ ਐਕਸ਼ਨ ਜਿਹੜਾ ਹੈ ਵਿਧਾਇਕ ਦੇ ਖਿਲਾਫ ਲਿਆ ਗਿਆ ਤਾਂ ਚੰਡੀਗੜ੍ਹ ਟ੍ਰੈਫਿਕ ਮੁਲਾਜ਼ਮ ਦੇ ਨਾਲ ਬੀਤੇ ਦਿਨੀ ਐਮ ਐਲ ਏ ਅਮੌਲਕ ਸਿੰਘ ਦੀ ਬਹਿਸ ਹੋਈ ਸੀ ਉਹ ਮੌਕੇ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਵਿਧਾਇਕ ਅਮੌਲਕ ਸਿੰਘ ਤੇ ਐਫਆਈਆਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਡੀਡੀਆਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀਡੀਆਰ ਜਿਹੜੀ ਦਰਜ ਕੀਤੀ ਗਈ ਹੈ ਦੱਸਦੇ ਕਿ ਜੇਤੋ ਤੋਂ ਵਿਧਾਇਕ ਨੇ ਅਮੌਲਕ ਸਿੰਘ ਜਿਨ੍ਹਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਦੱਸਦੇ ਕਿ ਬਿੱਤੇ ਦਿਨੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਵਿਧਾਇਕ ਦੀ ਬਹਿਸ ਹੋਈ ਸੀ ਮੌਕੇ ਦੀ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਡੀਡੀਆਰ ਜਿਹੜੀ ਆ ਦਰਜ ਕੀਤੀ ਗਈ ਹੈ ਤਾਂ ਚੰਡੀਗੜ੍ਹ ਸੈਕਟਰ 22 ਦੇ ਵਿੱਚ ਬਣੀ ਪੁਲਿਸ ਥਾਣੇ ਦੇ ਵਿੱਚ ਡੀਡੀਆਰ ਜਿਹੜੀ ਆ ਦਰਜ ਕੀਤੀ ਗਈ ਹੈ ਤਾਂ ਵਿਧਾਇਕ ਅਮੌਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਵਿਧਾਇਕ ਅਮੌਲਕ ਸਿੰਘ ਤੇ ਪੁਲਿਸ ਨੇ ਡੀਡੀਆਰ ਜਿਹੜੀ ਆ ਦਰਜ ਕੀਤੀ ਹੈ ਤਾਂ ਚੰਡੀਗੜ੍ਹ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀ ਡੀ ਆਰ ਜਿਹੜੀ ਐ ਦਰਜ ਕੀਤੀ ਗਈ ਐ। ਤਾਂ ਬੀਤੇ ਦਿਨੀ ਚੰਡੀਗੜ੍ਹ ਟ੍ਰੈਫਿਕ ਮੁਲਾਜ਼ਮ ਦੇ ਨਾਲ ਵਿਧਾਇਕ ਦੀ ਬਹਿਸ ਹੋਈ ਸੀ। ਤਕਰਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਐਕਸ਼ਨ ਜਿਹੜਾ ਲਿਆ ਗਿਆ। ਸਕੈਨਸ ਪੰਜਾਬ ਤੇ ਇਸ ਵੇਲੇ ਦੀ ਵੱਡੀ ਖਬਰ ਨੇ ਦਸਤਕ ਦਿੱਤੀ ਐ ਇੱਕ ਹੋਰ ਆਪ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਹੋਇਆ। ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਅਤੇ ਮਾਮਲਾ ਦਰਜ ਹੋਇਆ। ਦੱਸਦੇ ਕਿ ਆਪ ਵਿਧਾਇਕ ਅਮੌਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਦਾ ਐਕਸ਼ਨ ਹੋਇਆ। ਐਮਐਲਏ ਅਮੌਲਕ ਸਿੰਘ ਤੇ ਪੁਲਿਸ ਦੇ ਬੋਲੋ ਡੀਡੀਆਰ ਜਿਹੜੀ ਐ ਦਰਜ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਚੰਡੀਗੜ੍ਹ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀਡੀਆਰ ਜਿਹੜੀ ਐ ਦਰਜ ਕੀਤੀ ਗਈ ਹੈ ਤਾਂ ਵੱਡਾ ਐਕਸ਼ਨ ਜਿਹੜਾ ਆਪ ਵਿਧਾਇਕ ਅਮੌਲਕ ਸਿੰਘ ਤੇ ਹੋਇਆ ਤਾਂ ਚੰਡੀਗੜ੍ਹ ਪੁਲਿਸ ਦੇ ਬੋਲੋ ਮਾਮਲਾ ਦਰਜ ਕੀਤਾ ਗਿਆ ਹੈ ਦੱਸ ਦਈਏ ਕਿ ਜੇਤੋ ਤੋਂ ਆਪ ਦੇ ਵਿਧਾਇਕ ਨੇ ਅਮੌਲਕ ਸਿੰਘ ਜਿਨ੍ਹਾਂ ਤੇ ਐਫਆਈਆਰ ਦਰਜ ਹੋਇਆ ਚੰਡੀਗੜ੍ਹ ਪੁਲਿਸ ਦੇ ਬੋਲੋ ਵੱਡਾ ਐਕਸ਼ਨ ਜਿਹੜਾ ਹੈ ਵਿਧਾਇਕ ਦੇ ਖਿਲਾਫ ਲਿਆ ਗਿਆ ਹੈ ਤਾਂ ਚੰਡੀਗੜ੍ਹ ਟ੍ਰੈਫਿਕ ਮੁਲਾਜ਼ਮ ਦੇ ਨਾਲ ਬੀਤੇ ਦਿਨੀ ਐਮ.ਐਲ.ਏ. ਅਮੌਲਕ ਸਿੰਘ ਦੀ ਬਹਿਸ ਹੋਈ ਸੀ ਤੇ ਮੌਕੇ ਦੀ ਵੀਡੀਓ ਵੀ ਸਾਹਮਣੇ ਆਉਂਦੀ ਹੈ ਜੋ ਹੁਣ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੱਲੋਂ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਹੈ ਵਿਧਾਇਕ ਅਮੌਲਕ ਸਿੰਘ ਤੇ ਐਫ.ਆਈ.ਆਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਡੀ.ਡੀ.ਆਰ ਜਿਹੜੀ ਦਰਜ ਕੀਤੀ ਗਈ ਹੈ ਤਾਂ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀਡੀਆਰ ਜਿਹੜੀ ਐ ਦਰਜ ਕੀਤੀ ਗਈ ਹੈ ਦੱਸਦੇ ਕਿ ਜੇਤੋ ਤੋਂ ਵਿਧਾਇਕ ਨੇ ਮੌਲਿਕ ਸਿੰਘ ਜਿਨ੍ਹਾਂ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਦੱਸਦੇ ਕਿ ਬਿੱਤੇ ਦਿਨੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਨਾਲ ਵਿਧਾਇਕ ਦੀ ਬਹਿਸ ਹੋਈ ਸੀ ਮੌਕੇ ਦੀ ਵੀਡੀਓ ਜਿਹੜੀ ਆ ਉਹ ਵੀ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਿਧਾਇਕ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਡੀਡੀਆਰ ਜਿਹੜੀ ਐ ਦਰਜ ਕੀਤੀ ਗਈ ਹੈ ਤਾਂ ਚੰਡੀਗੜ੍ਹ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀਡੀਆਰ ਜਿਹੜੀ ਐ ਦਰਜ ਕੀਤੀ ਗਈ ਐ ਤਾਂ ਵਿਧਾਇਕ ਅਮੌਲਕ ਸਿੰਘ ਤੇ ਚੰਡੀਗੜ੍ਹ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਵਿਧਾਇਕ ਅਮੌਲਕ ਸਿੰਘ ਤੇ ਪੁਲਿਸ ਨੇ ਡੀਡੀਆਰ ਜਿਹੜੀ ਐ ਦਰਜ ਕੀਤੀ ਐ ਤਾਂ ਚੰਡੀਗੜ੍ਹ ਸੈਕਟਰ 22 ਦੇ ਵਿੱਚ ਬਣੀ ਪੁਲਿਸ ਚੌਂਕੀ ਦੇ ਵਿੱਚ ਡੀਡੀਆਰ ਜਿਹੜੀ ਐ ਦਰਜ ਕੀਤੀ ਗਈ ਐ ਤਾਂ ਬੀਤੇ ਦਿਨੀ ਚੰਡੀਗੜ੍ਹ ਟ੍ਰੈਫਿਕ ਮੁਲਾਜ਼ਮ ਦੇ ਨਾਲ ਵਿਧਾਇਕ ਦੀ ਬਹਿਸ ਹੋਈ ਸੀ ਤਕਰਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਐਕਸ਼ਨ ਜਿਹੜਾ ਲਿਆ ਗਿਆ